ਵੈਦੂਰੀ ਦੇ ਥਲਸਾ ਵੈਦੂਰੀ ਫਤਿਹ ਮੈਂ ਪੂਰੀ ਸੰਗਤ ਦੇ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਗਲੋਬਲ ਮਦਾ ਸ਼ਬਹ ਕੀਰਤਨ ਗੁਰਬਾਣੀ ਚੈਨਲ ਜਿੱਥੇ ਇਸ ਸਾਲ ਨਵੇਂ ਸਾਲ ਦੇ ਵਿੱਚ ਨਵੇਂ ਉਪਰਾਲੇ ਕਰੇਗਾ ਉਹਦੇ ਵਿੱਚ ਅਸੀਂ ਦੋ ਉਪਰਾਲੇ ਦੀ ਸ਼ੁਰੂਆਤ ਕੀਤੀ ਹੈ ਪਹਿਲਾ ਜਿਹੜਾ ਉਪਰਾਲਾ ਹੈ ਉਹਦੇ ਵਿੱਚ ਅਸੀਂ ਸੰਗਤ ਪੰਗਤ ਦਾ ਪੋਜਰਾਮ ਦੁਬਾਰਾ ਲੈ ਕੇ ਆਏ ਹਾਂ ਜਿਹਦੇ ਨਾਲ ਅਸੀਂ ਗਲੋਬਲ ਮਦਾਸ ਫਾਊਂਡੇਸ਼ਨ ਦੀ ਸਾਡੀ ਨੀਂਵ ਰਹੀ ਸੀ ਇਹਦੇ ਵਿੱਚ 10 ਸਾਲ ਤੋਂ 25 ਸਾਲ ਦੇ ਬੱਚਿਆਂ ਨੂੰ ਅਸੀਂ ਇਨਵਾਈਟ ਕੀਤਾ ਹੈ ਜਿਹੜੇ ਆਦੇ ਅਲੱਲ ਅਲੱਲ ਜਰਾਤੇ ਗੁਰੂ ਗ੍ਰੰਥ ਵਿੱਚ ਆਪਣਾ ਸ਼ਬਦ ਕੀਰਤਨ ਗੁਰਬਾਣੀ ਦੀ ਪਰਫਾਰਮੈਂਸ ਦੇ ਸਕਦੇ ਆ ਸਾਡੀ ਟੀਮ ਉੱਥੇ ਜਾਏਗੀ ਔਰ ਰਿਕਾਰਡ ਕਰੇਗੀ ਤੇ ਇਹ ਉਪਰਾਲਾ ਅਸੀਂ ਪੰਜਾਬ ਔਰ ਦਿੱਲੀ ਦੇ ਵਿੱਚ ਹੁਣ ਸਟਾਰਟ ਕੀਤਾ ਹੈ ਇਹਦੇ ਨਾਲ ਦੂਜਾ ਜਿਹੜਾ ਅਸੀਂ ਉਪਰਾਲਾ ਸਟਾਰਟ ਕੀਤਾ ਹੈ ਉਹ ਅਸੀਂ ਸਮਾਜਵਾਦਾ ਸਟਾਰਟ ਕੀਤਾ ਹੈ ਇਹਦੇ ਵਿੱਚ ਅਸੀਂ ਪਹਿਲੇ ਦਿੱਲੀ ਦੇ ਵਿੱਚ ਆਇਆ ਸਟਾਰਟ ਕਰ ਰਹੇ ਹਾਂ ਉਪਰਾਲਾ ਜਿਦੇ ਵਿੱਚ ਅਸੀਂ ਅਲੱਲ ਅਲੱਲ ਕੀਰਤਨ ਜਥਿਆਂ ਨੂੰ ਉਹਦੇ ਨਾਲ tatha ਵਾਚਣਾ ਨੂੰ ਤੇ ਡਾਡੀ ਸਹਿਬਾਨਾ ਨੂੰ ਇਨਵਾਈਟ ਕਰ ਰਹੇ ਹਾਂ ਜਿਦੇ ਵਿੱਚ 2 ਤੋਂ 3 ਦਿਨ ਦਾ ਦਿੱਲੀ ਨੂੰ ਅਸੀਂ ਚਾਰ ਭਾਜ ਵਿੱਚ ਬਾਟ ਕੇ ਨਾਰਥ ਈ ਸਾਊਥ ਸੈਂਟਰ ਦਿੱਲੀ ਦੇ ਵਿੱਚ ਔਰ ਵੈਸ ਦਿੱਲੀ ਪੰਜ ਭਾਜ ਵਿੱਚ ਬਾਟ ਕੇ ਹਰ ਇੱਕ ਏਰੀਆ ਦੇ ਵਿੱਚ ਇਸ ਤਰੀਕੇ ਦਾ ਸਮਾਗਮ ਕਰਾਂਗੇ ਗੁਰਦੁਆਰੇ ਸਹਿਬਾਨਾ ਦੇ ਵਿੱਚ ਜਿਦੇ ਵਿੱਚ ਉਹ ਉਸ ਏਰੀਆ ਦੇ ਜਿੰਨੇ ਵੀ ਕੀਰਤਨ ਜਥੇ ਹੈ ਉਹ ਆ ਸਕਦੇ ਹਨ ਔਰ ਪਰਫਾਰਮ ਕਰ ਸਕਦੇ ਹਨ ਤੇ ਇਹ ਸਾਰਾ ਪੂਰਾ ਇਹਦਾ ਚਰਚਾ ਉਠਾਈਗੀ ਗਲੋਬਲ ਮਿਦਾ ਫਾਊਂਡੇਸ਼ਨ ਤੇ ਗਲੋਬਲ ਮਿਦਾ ਸ਼ਬਦ ਕੀਰਤਨ ਕੁਰਬਾਨੀ ਚੈਨਲ ਦੇ ਉੱਤੇ ਹੈ ਪ੍ਰੋਗਰਾਮ ਆਏਗਾ ਤੇ ਇਹਦੇ ਵਿੱਚ ਅਸੀਂ ਲਾਈਵ ਵੀ ਕਰਾਂਗੇ ਤੇ ਉਹਦੇ ਬਾਅਦ ਬਾਅਦ ਵਿੱਚ ਉਹਨਾਂ ਦੀ ਜਿਹੜੇ ਬੰਦਿਆਂ ਨੇ ਪਰਫਾਰਮ ਕੀਤਾ ਹੈ ਉਹਨਾਂ ਦੀ ਬਾਈਟ ਲੈ ਕੇ ਕਿਸ ਤਰੀਕੇ ਦੇ ਨਾਲ ਉਹ ਇਸ ਵਿੱਚ ਆਏ ਕਿਸ ਤਰੀਕੇ ਦੇ ਨਾਲ ਉਹ ਹੁਣ ਪ੍ਰੋਤਸਾਹਨ ਦੇ ਰਹੇ ਹਨ ਦੂਜੇ ਲੋਜਾਨੂ ਕਿ ਉਹ ਵੀ ਆਪਣੇ ਗੁਰੂ ਪਾਸੇ ਜੁੜੇ ਗੁਰੂ ਘਰ ਪਾਸੇ ਜੁੜੇ ਹੋਰ ਸ਼ਬਦ ਕੀਰਤਨ ਕੁਰਬਾਨੀ ਦੇ ਵਿੱਚ ਆਏ ਤੇ ਇਹ ਆਬਜੈਕਟਿਵ ਹੈ ਇਸ ਉਪਰਾਲੇ ਦਾ ਦੇ ਨੀਚੇ دیے ਗਏ ਨੰਬਰਾਂ ਤੇ ਤੇ ਸਾਡੇ ਸੋਸ਼ਲ ਮੀਡੀਆ ਪੇजेस ਤੇ ਮੈਂ ਬੇਨਤੀ ਕਰਦਾ ਜਿੰਨੇ ਵੀ ਜਥੇ ਹੈਗੇ ਦਿੱਲੀ ਦੇ ਵਿੱਚ ਜਿਹੜੇ ਪਰਫਾਰਮੈਂਸ ਦੇਣਾ ਚਾਹੁੰਦੇ ਆਂ ਔਰ ਇਸ ਸਮਾਗਮ ਵਿੱਚ ਪਾਰਟ ਲੈਣਾ ਚਾਹੁੰਦੇ ਆਂ ਉਹ ਸਾਡੇ ਨੀਚੇ دیے ਜੇ ਨੰਬਰਾਂ ਦੇ ਵਿੱਚ ਸਾਨੂੰ ਕੰਟੈਕਟ ਕਰ ਸਕਦੇ ਆਂ ਤੇ ਸ਼ਬਦ ਕੀਰਤਨ ਇੱਕ 파ਟ তথাਵਾਚਨ ਔਰ ਡਾਡੀ ਸਾਹਿਬ ਇਸ ਤਰੀਕੇ ਦੀ ਬ੍ਰਾਡਲੀ ਅਸੀਂ ਤਿੰਨ ਅਲੱਗ-ਅਲੱਗ 파ਟਾਂ ਦੇ ਵਿੱਚ ਇਹ ਪ੍ਰੋਗਰਾਮ ਕਰਨ ਜਾ ਰਹੇ ਆਂ ਤੇ ਬੜੀ ਜਲਦ ਇਹ ਪ੍ਰੋਗਰਾਮ ਦੀ ਸ਼ੁਰੂਆਤ ਹੋਏਗੀ ਤੇ ਰਜਿਸਟ੍ਰੇਸ਼ਨ ਹੁਣ ਇਥੇ ਓਪਨ ਹੈ ਤੇ ਮੈਂ ਉਮੀਦ ਕਰਦਾ ਕਿ ਇਸ ਸਾਲ ਸ਼ਬਦ ਕੀਰਤਨ ਔਰ ਗੁਰਬਾਨੀ ਦੇ ਇਸ ਪ੍ਰਚਾਰ ਔਰ ਪ੍ਰਸਾਰ ਦੇ ਨਾਲ ਧਰਧਰ ਸਿੱਖੀ ਪ੍ਰਚਾਰ ਪ੍ਰਸਾਰ ਪ੍ਰਫੁੱਲਿਤ ਹੋਏਗੀ ਤੇ ਜਿੰਨੇ ਵੀ ਇਸ ਤਰੀਕੇ ਦੇ ਜਥੇ ਹੈ ਉਹ ਇਸ ਤਰੀਕੇ ਦੇ ਸਮਾਜਮਾ ਵਿੱਚ ਪਾਰਟਿਸਪੇਟ ਕਰਾਂਗੇ ਵਾਹਿਗੁਰੂ ਜੀ ਤੈ ਹਲਸਾ ਵਾਹਿਗੁਰੂ ਜੀ ਕੀ ਫਤਿਹ